ਦੇਖੋ ਜੀ, ਇਹ ਤਿਉਹਾਰਾਂ ਦੇ ਪਵਿੱਤਰ ਤਿਉਹਾਰ ਹੈ। ਇਸ ਮੌਕੇ 'ਤੇ ਮੈਂ ਆਪਣੇ ਸਟਾਫ ਵੱਲੋਂ ਸਾਰੇ ਬਹੁਤ ਬਹੁਤ ਹਾਰਦਿਕ ਵਧਾਈਆਂ ਦਿੰਦਾ, ਅਤੇ ਨਾਲੇ ਇਹ ਵੀ ਅਪੀਲ ਕਰਦਾ ਕਿ ਸਾਫ਼ ਸਫਾਈ ਦਾ ਬਹੁਤ ਖਿਆਲ ਰੱਖਣ। ਵੈਸੇ ਵੀ ਸਾਡੇ ਡਿਸਟ੍ਰਿਕਟ ਤੋਂ ਆਫ ਚੈਕਿੰਗ ਹੁੰਦੀਆਂ ਰਹਿੰਦੀਆਂ, ਅਤੇ ਜਿੱਥੇ ਤੱਕ ਦੇਖਣ 'ਚ ਆਇਆ ਜਿਹੜਾ ਐਟਮੋਸਫੇਅਰ ਹੈ ਉਹ ਸਾਫ਼ ਸੁਥਰਾ, ਅਤੇ ਲੋਕ ਵਧੀਆ ਤਰੀਕੇ ਨਾਲ ਆਪਣਾ ਇੰਜੋਏ ਕਰ ਰਹੇ। ਅਸੀਂ ਲੋਕਾਂ ਨੂੰ ਜਿਹੜਾ ਸਾਫ਼ ਸੁਥਰਾ ਰਹਿਣ ਵਾਸਤੇ ਅਤੇ ਬਿਮਾਰੀਆਂ ਤੋਂ ਬਚਣ ਵਾਸਤੇ ਵੱਖ ਵੱਖ ਸਮੇਂ 'ਤੇ ਵੱਖ ਵੱਖ ਬਿਮਾਰੀਆਂ ਵਾਸਤੇ ਅਵੇਅਰਨੈਸ ਕ੍ਰੀਏਟ ਕਰਕੇ ਉਹਨਾਂ ਨੂੰ ਬਿਮਾਰੀਆਂ ਤੋਂ ਬਚਣ ਦੀ ਸਲਾਹ ਦਿੰਦੇ। ਦੇਖੋ ਸਾਡੇ ਕੋਲ 24x7 ਵਰਕਿੰਗ ਹੈਗੀ ਹੈ, ਨਾਲ ਅਸੀਂ ਜਿਹੜੇ ਸਰਜੀਕਲ ਦੇ ਡਾਕਟਰ ਹੈ ਉਹਨਾਂ ਦੀ ਸਪੈਸ਼ਲ ਡਿਊਟੀ ਲਗਾਈ ਹੋਈ ਹੈ। ਨਾਲ ਅਸੀਂ ਅਨਸਫਾਈ ਘਟਨਾ ਵੈਸੇ ਤਾਂ ਹੋਵੇ ਹੀ ਨਾ, ਜੇ ਕਿਤੇ ਹੋ ਜਾਂਦੀ ਹੈ ਤਾਂ ਉਹਦੇ ਵਾਸਤੇ ਆਪਣੀਆਂ ਟੀਮਾਂ ਵੀ ਤਤਪਰ ਰੱਖੀਆਂ। ਸਰ ਕੀ ਕਹਿਣਾ ਚਾਹੋਗੇ ਨਵਾਂ ਵਾਸੀਆਂ ਨੂੰ, ਜਿਹੜਾ ਖਾਣ ਪੀਣ ਦਾ ਪਰਹੇਜ਼ ਕਿਸ ਤਰ੍ਹਾਂ ਦਾ ਰੱਖਿਆ ਜਾਵੇ? ਸਰ ਬਹੁਤ ਵਧੀਆ ਤਿਉਹਾਰ ਹੈ, ਖਾਣ ਪੀਣ ਦਾ ਤਿਉਹਾਰ ਹੈ, ਆਪਣੀ ਸਿਹਤ ਦੇ ਮੁਤਾਬਕ ਦੇਖਦੇ ਹੋਏ ਜਿਹੜਾ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਰੱਖਿਆ ਜਾ। ਸਰ ਅਨਹਾਈਜੀਨਿਕ ਜਿਹੜੀ ਚੀਜ਼ਾਂ ਬਣ ਰਹੀਆਂ ਨੇ ਜਿਵੇਂ ਰੇਹੜੀਆਂ ਹੋ ਗਈਆਂ ਛੋਟੀਆਂ ਮੋਟੀਆਂ, ਜਾਂ ਜਿਹੜੇ ਤਿਆਰ ਕਰਦੇ ਨੇ ਆਪਣੀਆਂ ਮਿਠਾਈਆਂ, ਉਹਨਾਂ ਨੂੰ ਕੋਈ ਵਿਸ਼ੇਸ਼ ਤੁਸੀਂ ਆਪਣੇ ਵੱਲੋਂ ਕਹਿਣਾ ਚਾਹੁੰਦੇ? ਸਰ ਉਹਨਾਂ ਨੂੰ ਵੀ ਪੂਰਾ ਹਾਈਜੀਨਿਕਲੀ ਤਿਆਰ ਕਰਨੀਆਂ ਚਾਹੀਦੀਆਂ, ਤਾਂ ਜੋ ਕਿਸੇ ਵੀ ਵਿਅਕਤੀ ਨੂੰ ਇਹਨਾਂ ਤਿਉਹਾਰਾਂ ਦੇ ਵਧੀਆ ਦਿਨਾਂ 'ਚ ਸਿਹਤ ਦਾ ਕੋਈ ਨੁਕਸਾਨ ਨਾ। ਮਾਨਯੋਗ ਸਿਵਲ ਸਰਜਨ ਪਟਿਆਲਾ ਵੱਲੋਂ ਤੁਹਾਨੂੰ ਕੀ ਆਦੇਸ਼ ਨੇ? ਸਰ ਸਾਨੂੰ ਆਪਣੇ ਐਮਰਜੈਂਸੀ ਮੇਨਟੇਨ ਕਰਨ ਦੇ 24x7 ਉਦੇਸ਼ ਨੇ, ਅਤੇ ਬਾਕੀ ਉਹਨਾਂ ਨੇ ਸਾਨੂੰ ਇੱਥੇ ਦਿਵਾਲੀ ਦੇ ਤਿਉਹਾਰ 'ਤੇ ਮੁਬਾਰਕਾਂ।